ਹਾਂ ਜੀ, ਅਸਲਾਮ ਵਾਲੇਕੁਮ। ਉਮੀਦ ਹੈ ਸਾਰੇ ਠੀਕ ਹੋਣਗੇ। ਅੱਜ ਦਾ ਵਲੋਗ ਆਪਾਂ ਕਰਨੇ ਆ ਸਟਾਰਟ। ਮੱਝਾਂ ਨੂੰ ਪੱਠੇ ਪਾ ਛੱਡੇ ਨੇ, ਵੇਖੋ ਖਾਂਦੀਆਂ ਪਈਆਂ ਨੇ ਹੁਣ। ਆ ਵੀ ਖੁੱਲੀ ਪ੍ਰੀਤੀ ਹੈ ਅੱਜ। ਬਸ ਮੈਂ ਕਿਹਾ ਲੇਟ ਵਲੋਗ ਸ਼ੁਰੂ ਕਰਨੇ ਆ, ਰੋਜ਼ ਤੁਹਾਨੂੰ ਪੱਠੇ ਪੱਟ ਲੈ ਪਾ ਲੈ ਉੱਥੇ ਸ਼ੁਰੂ ਕਰਨੇ ਆ। ਅਤੇ ਅੱਜ ਮੈਂ ਕਿਹਾ ਪਾ ਕੇ ਸਟਾਰਟ ਕਰਨੇ ਆ ਪੱਠੇ ਜਿਹੜੇ ਨਾ, ਪਾ ਕੇ ਸਾਰਿਆਂ ਨੂੰ ਫਿਰ ਵਲੋਗ ਸਟਾਰਟ ਕਰਾਂਗੇ। ਪੱਠੇ ਪਾ ਛੱਡੇ ਨੇ, ਅੱਜ ਤੁਹਾਨੂੰ ਇੱਕ ਚੀਜ਼ ਵਿਖਾਉਣੀ ਹੈ ਸਰਪ੍ਰਾਈਜ਼ ਦੇ। ਤੁਸੀਂ ਵੇਖ ਕੇ ਦੱਸਣਾ ਕੀ ਸੋਚਿਆ ਸਰਪ੍ਰਾਈਜ਼ ਤੁਹਾਡੇ ਵਾਸਤੇ। ਇੱਥੇ ਬਰਾਕ ਸਾਹਿਬ ਨੂੰ ਬੰਨ ਛੜਿਆ ਇੱਥੇ। ਹਾਂਜੀ ਬਰਾਕ ਸਾਹਿਬ, ਸੁਣਾਓ। ਚਾਹ ਚਾਹ ਠੀਕ ਹੋ? ਠੀਕ ਠਾਕ ਹੈ, ਵੈਰੀ ਗੁੱਡ। ਲੱਗਦੀ ਤੇ ਹਾਲਤ ਠੀਕ ਨਹੀਂ ਤੁਹਾਡੀ। ਸੁਲਤਾਨ ਵਾਲੀ ਜਗ੍ਹਾ ਤੇ ਬਰਾਕ ਨੂੰ ਬੰਨ ਛੜਿਆ, ਇਹ ਹੋ ਗਿਆ ਜਵਾਨ। ਜਿਵੇਂ ਉਹ ਅੱਜ ਸਿਆਣੇ ਆਉਂਦੇ ਨੇ, ਛੋਰ ਹੋ ਗਿਆ ਜਵਾਨ। ਹੱਥਾਂ ਦੱਸਦੀਆਂ ਦਾਣੇ ਨਿਕਲ ਆਏ ਮੂੰਹ ਤੇ। ਤੁਸੀਂ ਮੇਰੇ ਨਾਲ ਵੇਖੋ, ਮਸਾਲਾ ਦਿੰਦੇ ਨੇ ਤੇ ਉਹਨਾਂ ਨੂੰ ਜਵਾਨੀ ਦਿਸਦੀ, ਉਹਨਾਂ ਨੂੰ ਇਹ ਨਹੀਂ ਦਿਸਦਾ ਜਵਾਨੀ ਦਾ ਇਲਾਜ ਕੀ। ਤੂੰ ਸਮਝਾ? ਨਹੀਂ ਤੂੰ ਸਮਝਾ ਨਹੀਂ। ਚਲੋ ਗੱਲ ਛੱਡੋ, ਅਸੀਂ ਉਹਦੇ ਕਿਤੇ ਟੁੱਟ ਗਏ ਹਾਂ। ਆ ਵੇਖੋ ਬਰਾਕ ਸਾਹਿਬ ਹੋ ਗਏ ਜਵਾਨ, ਕਰਦੇ ਨੇ ਆਤਾ। ਬਹੁਤ ਤੇਜ਼ ਹੋ ਰਿਹਾ ਹੈ, ਬਹੁਤ ਤੇਜ਼ ਹੋ ਰਿਹਾ ਸਾ। ਸਾਰੀਆਂ ਜਾਦਾਂ ਵੀ ਇਹਦੇ ਰਗੜ ਛੜੀਆਂ ਨੇ, ਮੁਕਾ ਛੜੀਆਂ ਰਗੜ ਰਗੜ ਕੇ, ਰਗੜ ਰਗੜ ਕੇ। ਤੇ ਆ ਕੱਲ ਬੰਨਿਆ ਇੱਥੇ, ਅੱਖਾਂ ਛਿੱਲ ਰਹੀਆਂ ਨੇ, ਚੱਕਰ ਜ਼ਖਮ ਕਰ ਲਏ ਨੇ। ਉੱਤੋਂ ਮੱਖੀ ਦਾ ਮੌਸਮ ਹੈ, ਘੋੜੀਆਂ ਤੰਗ ਕਰਦਾ ਸੀ, ਇਸ ਲਈ ਇਹਨੂੰ ਬੰਨਿਆ ਇੱਥੇ। ਪਾਣੀ ਪਿਆਇਆ ਅੱਗੇ, ਪਾਣੀ ਸਾਰਾ ਉੱਤੇ ਰੋੜ ਲਿਆ, ਆਤਾਂ ਕਰਦਾ। ਲੂਸਣ ਪਾਇਆ ਸੁਬਾ, ਦਾਣਾ ਪਾਇਆ ਸੀ ਤੇ ਹੁਣ ਲੂਸਣ ਪਾਇਆ ਇਹਨੂੰ। ਇਹਨੂੰ ਹੁਣ ਇੱਥੇ ਹੀ ਬੰਨਾ ਕਰਨਾ, ਸੁਭਾ ਉਹ ਸ਼ਾਮੀ ਉਹਦੇ ਬਾਹਰ ਖੁੱਲੀ ਤੇ ਬੰਨਾ ਕਰਨਾ। ਉਹ ਵਿਖਾਵਾਂ ਤੁਹਾਨੂੰ ਕਿੱਥੇ ਬੰਨਾ ਇਹਨੂੰ, ਹੁਣ ਮੇਰੀ ਬਾਹਰ ਸੁਲਤਾਨ ਦੀ ਖੁੱਲੀ ਹੈ ਨਾ, ਉੱਥੇ ਬੰਨਾ ਕਰਨਾ ਇਹਨੂੰ। ਜਾਦਾਂ ਵੀ ਠੀਕ ਹੋ ਜਾਂਦੀਆਂ, ਰਗੜਦਾ ਸੀ ਥੱਦਾ ਉੱਤੇ ਬੰਨ ਛੱਡਿਆ। ਪਛਾੜੀ ਨਹੀਂ ਪਾਣੀ ਹੈ ਜੇ ਇਹਨੂੰ, ਬੱਚਾ ਹੈ ਤੇ ਰੱਸੇ ਨਾਲ ਹੀ ਗੁਜ਼ਾਰਾ। ਰੱਸਾ ਬੰਨਿਆ ਤੇ ਸਾਰੀਆਂ ਅੱਖਾਂ ਛਿੱਲ ਰਹੀਆਂ, ਫਿਰ ਨਵਾਂ ਤਲਿਆਰਾ ਲਾ ਕੇ ਪਾਇਆ ਇਹਨੂੰ ਉੱਪਰ ਵਿਟਿਆਂ ਦੇ ਉੱਤੋਂ ਨਾ, ਛਿੱਲਿਆ ਸੀ ਸਾਰਾ ਮੂੰਹ, ਰਗੜਿਆ ਸੀ ਕੱਦ ਨਾਲ। ਹੁਣ ਚੱਲੀਏ ਘੋੜੀਆਂ ਤੁਹਾਨੂੰ ਖਾਂਦੇ ਹਾਂ। ਚੰਗਾ ਬਰਾਕ ਸਾਹਿਬ, ਬਾਏ ਬਾਏ, ਹੁਣ ਇੱਥੇ ਚੱਸ ਲਵੋ। ਅੱਗੇ ਬਾਬਾ ਨਾ ਛਲੇਂਦੇ ਸੋ, ਘੋੜੀਆਂ ਚੱਕ ਮਾਰਦੇ ਨਾਲੇ ਸਾਨੂੰ ਮਾਰਦੇ ਸੋ। ਆ ਜਾਓ ਜੀ ਚੱਲੀਏ ਹੁਣ ਉੱਤੇ। ਆਹ ਗੇਟ ਕਿੱਧਰ ਲੱਗਾ ਹੋਇਆ, ਪੱਠੇ ਪਾ ਗੇਟ ਕਰ ਚੁੱਕੇ ਬੰਦ, ਤਾਂ ਕਿ ਮੱਝੇ ਬਾਹਰ ਨਾ ਧੁੱਪੇ ਖਲੋ ਰਹੇ ਹੁੰਦੀਆਂ ਨੇ। ਉੱਤੋਂ ਵਿਊ ਚੈੱਕ ਕਰੋ ਤੁਸੀਂ, ਜਿਹੜਾ ਨਾ ਉਹ ਪੱਤੇ ਕੱਟਦਾ ਪਿਆ ਪਿੱਪਲ, ਨਵੇਂ ਨਵੇਂ ਕੋਇਲਾਂ ਬਾਂਧੀਆਂ ਨੇ ਆ ਕੇ। ਤੁਹਾਨੂੰ ਸ਼ਾਇਦ ਬਾਤ ਨਹੀਂ ਹੁੰਦੀ ਹੋਵੇ ਕੋਇਲ ਦੀ। ਹੁਣ ਚੱਲੀ ਗਿਆ ਸੀ ਘੋੜੀਆਂ ਦੇ ਬਾੜੇ 'ਚ, ਘੋੜੀਆਂ ਵਿਖਾਉਂਦੇ ਹਾਂ ਤੁਹਾਨੂੰ। ਲਓ ਜੀ ਅਸੀਂ ਆ ਗਏ ਹੁਣ ਘੋੜੀਆਂ ਦੇ ਬਾੜੇ 'ਚ। ਬਾਤ ਸੁਣ ਕੇ ਆਵਣਦੀਆਂ ਬਾਹਰ, ਇਹ ਹੋ ਹੀ ਨਹੀਂ ਸਕਦਾ ਆਪਣਾ। ਇੱਧਰ ਬਰਾਕ ਸਾਹਿਬ ਵੀ ਬੋਲਦੇ ਪਏ ਨੇ, ਅੰਦਰ ਹੀ ਰਹੋ, ਬਾਹਰ ਕੀ ਜੇ, ਵੇਖੀਏ ਕੀ ਖਾਧਾ ਪੀਤਾ ਜੇ ਨਾ। ਮੋਰਨੀ ਇਹ ਨਹੀਂ ਤੁਹਾਨੂੰ ਡਿਟੇਲ ਦੱਸਣੀ, ਉਹਨੇ ਇੱਕਦਮ ਕਿਵੇਂ ਆਉਂਦੀ ਸੀ ਇਹ ਵੱਡੀ ਘੋੜੀ। ਲੂਸਣ ਪਿਆ ਇੱਧੇ, ਆ ਜਾਓ ਆ ਜਾਓ, ਆਪਣੀ ਆਪਣੀ ਥਾਂ 'ਤੇ ਖਲੋ ਜਾਓ, ਤੁਸੀਂ ਵੀ ਆ ਜਾਓ। ਡੋਨ ਸਾਹਿਬ ਪੁਸ਼ਪਾ ਜੀ, ਕੋਈ ਨਹੀਂ ਸ਼ਾਇਦ ਖਾਣ ਵਾਸਤੇ। ਹਾਂ ਲੋਈ ਝਾੜਦੀ ਪਈ ਹੈ ਵੀ, ਹੁਣ ਚੈੱਕ ਕਰੋ
ਘੋੜੀਆਂ ਦਾ ਫਾਇਦਾ ਹੈ, ਘੋੜੀਆਂ ਨੂੰ ਨਾ ਬੰਨਣਾ ਨਹੀਂ ਪੈਂਦਾ ਜਿਵੇਂ ਘੋੜਿਆਂ ਦਾ ਲਾਲਚ ਕਰਨਾ ਪੈਂਦਾ ਨਾ, ਦਲਿਆਰੇ ਪਾਓ ਉਹਨਾਂ ਨੂੰ, ਪਛਾੜੀ ਪਾਓ, ਘੋੜੀਆਂ ਆਜ਼ਾਦ ਲਿਖੀਆਂ ਫਿਰਦੀਆਂ ਨਾ ਤੰਗ ਕਰਦੀਆਂ ਨੇ। ਇਹ ਦਰਵੇਸ਼ ਜਿਹਾ ਜਾਨਵਰ ਹੁੰਦਾ, ਘੋੜੀ ਰੱਖਣੀ ਚਾਹੀਦੀ, ਘੋੜਾ ਜਿਹੜਾ ਨਾ ਤੰਗ ਕਰਦਾ ਇਹਨੇ ਦਾ ਭਾਵੇਂ ਤਾਂ ਘੋੜੇ 'ਤੇ ਹੁੰਦੀ। ਪਰ ਮੈਨੂੰ ਘੋੜੀਆਂ ਪਸੰਦ ਨੇ ਜ਼ਿਆਦਾਤਰ, ਘੋੜੀ ਜਿਹੜੀ ਨਾ ਮੇਰੀ ਜ਼ਿਆਦਾ ਫੇਵਰੇਟ, ਘੋੜਾ ਨਹੀਂ ਜ਼ਿਆਦਾ ਤੰਗ ਕਰਦਾ। ਘੋੜੇ 'ਤੇ ਬਹਿਣ ਦਾ ਸਵਾਹ ਚੁੱਕ ਆਉਂਦਾ, ਪੱਥਰਾ ਹੁੰਦਾ, ਹਰੇਕ ਜਾਨਵਰ ਨੂੰ ਸਾਹਮਣਾ ਜ਼ਿਆਦਾ ਲਾਠਾਂ ਦਾ ਕੰਮ। ਇੱਥੇ ਵੀ ਲੁਸਣ ਪਿਆ ਹੈ, ਇਹ ਇਕੱਲੀ ਇੱਥੇ ਲੱਗੀ ਹੈ ਜਿਹੜੀ ਨਾ ਦਰੋਣ ਸਾਹਿਬ ਹੋਏ। ਅੱਜ ਤੁਹਾਨੂੰ ਦੱਸਣਾ ਕੀ ਕਰਨਾ, ਨਾਲ ਜੁੜੇ ਰਹੋ। ਅਸੀਂ ਦੁਪਹਿਰ ਸੋਨੇ ਆ ਜਾ ਕੇ, ਫਿਰ ਜੀ ਸਾਨੂੰ ਫਿਰ ਉੱਠੇ ਤੁਹਾਨੂੰ ਅਪਡੇਟ ਕਰਾਂਗੇ ਨਾਲ ਜੀ। ਉੱਠੇ ਹਾਂ, ਮਸ਼ੀਨ ਨਾਲ ਆ ਗਿਆ ਸੀ, ਉਹ ਬਿਠਾਇਆ ਉਹ ਸਾਖਿਆ ਬਿਠਾਉਣੀ ਜੇ ਤਾਂ ਉਹ ਲਵਣਾ ਨਹੀਂ ਵੱਢ ਕੇ ਆਉਣੀ ਇੱਧੇ ਆਵੇ ਤਾਂ ਸ਼ਾਮ ਹੋ ਜਾਣੀ ਹੈ। ਮੇਰੇ ਪਲੈਸ ਭਾਈ ਬਿਠਾ ਰਹੇ ਸੀ ਤੇ ਦਾਣੇ ਚੱਲੇ ਵੀ ਹੁਣ ਬਰਾਕ ਨੂੰ ਪੰਨੂਆਂ ਬਾਹਰ ਬੰਨ ਕੇ ਤਾਰ ਕੱਢਣੀ ਹੈ, ਸੁੱਤੇ ਤੇ ਲੇਟ ਹੋ ਗਈ, ਹੁਣ ਇਹਨੂੰ ਬਾਹਰ ਪੰਨੀ ਹੈ। ਲਲਕਰਾ ਮਾਰਦੇ ਰੌਣਕ ਉਹ ਜੀ, ਬਰਾਕ ਸਾਨੂੰ ਬਾਹਰ ਲੱਭੀ ਜਾਂਦਾ, ਅਜੇ ਡਰਦਾ ਹੀ ਹੈ ਬੰਦੇ ਤੋਂ, ਬਾਹਰ ਬੰਨ ਕੇ ਤੁਹਾਨੂੰ ਖਾਂਦੇ ਹਾਂ। ਬਰਾਕ ਸਾਹਿਬ ਨੂੰ ਬਾਹਰ ਬੰਨ ਛੱਡਿਆ ਅਤੇ ਉਹ ਵਿੱਚ ਲੂਸਣ ਪਾਇਆ ਹੈ, ਪਾਪੜੀ ਪੁੱਲੀ ਹੁਣ ਖਾਂਦਾ ਰਹੇਗਾ। ਵੀ ਉਹ ਮਸ਼ੀਨ ਲੱਗੀ ਉਹਦੇ, ਇਹ ਆਈ ਹੈ ਮਸ਼ੀਨ, ਉਹਨੇ ਸਾਨੂੰ ਵੱਢਣੀ ਹੁਣ, ਉਹ ਲੰਬੜਾਂ ਦੀ ਉਦਲੀ ਵੱਢ ਕੇ ਸਾਰੀ, ਫਿਰ ਇੱਥੇ ਆ ਗਏ ਤੀ ਸੁਬਾਹ ਹੀ ਹੁਣ ਵੱਢਣੀ ਸੀ, ਨਹੀਂ ਤਾਂ ਆਉਂਦਾ ਸੀ ਹੁਣੇ ਵੱਢਦਾ, ਫਿਰ ਉਹ ਦੂਜੇ ਲੰਬੜ ਆ ਗਏ ਨੇ ਉਹਨਾਂ ਵਢਾਈਏ। ਆਹ ਕੱਲ ਵਾਹੀ ਹੈ, ਹਨੇਰੀ ਬੜੀ ਸੀ, ਮੈਂ ਕਿਹਾ ਮਤਲਬ ਕੀ ਬਣਾਉਣਾ ਤੁਹਾਨੂੰ ਸਮਝ ਨਹੀਂ ਸੀ ਆਉਣੀ, ਇਹਨੇ ਲਾਣੀ ਮਕਈ ਹੁਣ ਤਰੇ ਕਿੱਲੇ ਸੈੱਲ ਜਾ ਕੇ। ਬੁਰਾਕ ਸਾਹਿਬ ਨੂੰ ਜਿਹੜਾ ਨਾ ਹੁਣ ਨਹਿਲ ਗਿਆ, ਮੱਖੀ ਮੱਛਰ ਬੜਾ, ਸਪਰੇ ਆਉਂਦੀ ਉਹ ਕਰਨੀ ਹੈ, ਦਵਾਈ ਵੀ ਆਉਂਦੀ ਉਹ ਲਾਵਾਂ ਦੇ ਉੱਤੇ ਚਿਲਤ ਦੇ ਉੱਤੇ ਲਾਈ ਦੀ ਥੋੜ੍ਹੀ ਜਿਹੀ, ਡਾਕਟਰ ਦੱਸਿਆ ਮੱਖੀ ਮੱਛਰ ਨਾ ਪਵੇ। ਦੱਸਣਾ ਤੁਸੀਂ ਬਛੇਰਾ ਚੰਗਾ ਜਾਂ ਨਹੀਂ, ਦੇਖੋ ਆਹ ਕੱਲ ਆ ਛੇਲੇ ਸੀ ਅਤੇ ਖੁਰਲੀ ਨਾਲ ਮਾਰ ਵਹਿੰਦੇ ਪਏ ਅੱਗੋਂ ਅੱਖਾਂ 'ਚ, ਹੁਣ ਅਸੀਂ ਕੱਪੜੇ ਬਦਲ ਕੇ ਤਾਰ ਕੱਢ ਲਈਏ।